555ਵੇਂ ਪ੍ਰਕਾਸ਼ ਪੁਰਬ ਨੂੰ ਲੈ ਕੇ SGPC ਨੇ ਵੱਖਰੇ ਤੌਰ ਤੇ ਸਮਾਗਮ ਕਰਵਾਉਣ ਦਾ ਐਲਾਨ ਕਰ ਦਿੱਤਾ ਹੈ, ਜਿਸ ਤੋਂ ਪੰਜਾਬ ਸਰਕਾਰ ਕਾਫੀ ਖਫਾ ਨਜ਼ਰ ਆ ਰਹੀ ਹੈ। ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ SGPC ਨਾਲ ਤਾਲਮੇਲ ਨਾ ਬਣਨ ਦਾ ਕਾਰਨ ਸੁਖਬੀਰ ਬਾਦਲ ਨੂੰ ਦੱਸਿਆ। ਚੰਨੀ ਦਾ ਕਹਿਣਾ ਕਿ ਸੁਖਬੀਰ ਬਾਦਲ ਨਹੀਂ ਚਾਹੁੰਦੇ ਕਿ SGPC ਪੰਜਾਬ ਸਰਕਾਰ ਨਾਲ ਮਿਲ ਕੇ ਸਮਾਗਮ ਕਰਵਾਏ, ਇਸ ਲਈ ਸੁਖਬੀਰ ਬਾਦਲ ਦੇ ਇਸ਼ਾਰੇ ਤੇ SGPC ਨੇ ਵੱਖਰੇ ਤੌਰ ਤੇ ਸਮਾਗਮ ਕਰਵਾਉਣ ਦਾ ਐਲਾਨ ਕੀਤਾ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਇਹ ਮਨਾਉਣਾ ਚਾਹੁੰਦੀ ਹੈ, ਉਹਦੇ ਵਾਸਤੇ ਅਸੀਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀਆਂ ਸਾਰੀਆਂ ਗੱਲਾਂ ਮੰਨ ਕੇ ਜਿਸ ਤਰ੍ਹਾਂ ਉਹਨਾਂ ਨੇ ਆਦੇਸ਼ ਕੀਤੇ, ਅਸੀਂ ਮੀਟਿੰਗਾਂ ਕੀਤੀਆਂ, ਉਹਦੇ ਵਿੱਚ ਫੈਸਲਾ ਵੀ ਇਹੀ ਸੀ ਕਿ ਸਾਂਝੇ ਤੌਰ 'ਤੇ ਮਨਾਉਣਾ ਹੈ। ਪਰ ਅਚਾਨਕ ਹੁਣ ਸੁਖਬੀਰ ਬਾਦਲ ਜੀ ਵਿੱਚ ਟਪਕ ਗਏ ਹੈ, ਉਹਨਾਂ ਨੇ SGPC ਪਰ ਉਹਨਾਂ ਦਾ ਪਹਿਲਾਂ ਤੋਂ ਹੀ ਕੰਟਰੋਲ ਹੈ, ਉਹਨਾਂ ਨੇ ਸਾਰੀ ਜਿਹੜੀ ਗੱਲ ਹੈ ਤਹਿਸ ਨਹਿਸ ਕਰਤੀ ਹੈ। ਹੁਣ SGPC ਨੇ ਅਚਾਨਕ ਬਿਨਾਂ ਸਾਨੂੰ ਦੱਸੇ ਅਨਾਊਂਸ ਕਰ ਦਿੱਤਾ ਹੈ ਕਿ ਅਸੀਂ ਵੱਖਰਾ ਪੰਡਾਲ ਲਗਾਵਾਂਗੇ। ਪਹਿਲਾਂ ਪੰਜਾਬ ਸਰਕਾਰ ਉੱਥੇ ਪੰਡਾਲ ਲਗਾ ਚੁੱਕੀ ਹੈ, 800 ਏਕੜ ਦੇ ਵਿੱਚ ਟੈਂਟ ਸਿਟੀ ਬਣ ਰਹੀ ਹੈ, ਵੱਡੇ ਪੱਧਰ 'ਤੇ ਪੰਜਾਬ ਸਰਕਾਰ ਖਰਚਾ ਕਰ ਚੁੱਕੀ ਹੈ, ਟੈਂਡਰ ਲਗਾ ਕੇ ਸਾਰਾ ਕੰਮ ਕਰ ਚੁੱਕੀ ਹੈ। ਹੁਣ ਵੱਖਰੀ ਸਟੇਜ ਬਣਾਉਣਾ ਜਾਂ ਵੱਖਰਾ ਪੰਡਾਲ ਹੁਣ ਤੋਂ ਬਾਅਦ ਬਣਾਉਣਾ, ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸੋਚ ਹੈ ਇਹ ਅਕਾਲ ਤਖ਼ਤ ਸਾਹਿਬ ਦੇ ਵੀ ਉਲਟ ਹੈ, ਇਹ ਸਿੱਖ ਕੌਮ ਦੇ ਵੀ ਉਲਟ ਹੈ, ਇਹ ਪੰਜਾਬ ਦੇ ਵੀ ਉਲਟ ਹੈ। ਮੈਂ ਉਹਨਾਂ ਨੂੰ ਫਿਰ ਬੇਨਤੀ ਕਰਨਾ ਚਾਹੁੰਦਾ ਕਿ ਇਹ ਫੈਸਲੇ ਨੂੰ ਵਾਪਸ ਲਵੇ ਅਤੇ ਜੋ ਪੰਡਾਲ ਪਹਿਲਾਂ ਤਾਂ ਸਹਿਮਤੀ ਨਾਲ ਸੱਜ ਚੁੱਕਿਆ ਉਸ ਪੰਡਾਲ ਦੇ ਵਿੱਚ ਹੀ ਸਿੱਖ ਕੌਮ ਦੀ ਚੜ੍ਹਦੀ ਕਲਾ ਵਾਸਤੇ, ਏਕਤਾ ਵਾਸਤੇ ਉਹਦੇ ਵਿੱਚ ਆ ਕੇ ਉਹ ਮਨਾਉਣ। ਅਕਾਲੀ ਦਲ ਬਾਦਲ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਤੋਂ ਸਰਕਾਰ ਨੂੰ ਇਸ ਤਰ੍ਹਾਂ ਦੇ ਆਦੇਸ਼ ਜਾਰੀ ਕਰਾਉਣ ਦੀ ਤਾਕ ਵਿੱਚ ਹੈ ਕਿ ਜੀ ਪੰਜਾਬ ਸਰਕਾਰ ਇਹ ਪੰਡਾਲ ਨਾ ਲਗਾਵੇ, ਪੰਜਾਬ ਸਰਕਾਰ ਪਾਕਿਸਤਾਨ ਨਾ ਤੋਂ ਜਾ ਕੇ ਅਖੰਡ ਪਾਠ ਨਾ ਕਰਾਵੇ। ਦੱਸਦੇ ਕਿ ਪ੍ਰਕਾਸ਼ ਪੁਰਬ ਸਾਂਝੇ ਤੌਰ 'ਤੇ ਮਨਾਉਣ ਨੂੰ ਲੈ ਕੇ ਪੰਜਾਬ ਸਰਕਾਰ ਅਤੇ SGPC ਵੱਲੋਂ ਇੱਕ ਕਮੇਟੀ ਬਣਾਈ ਗਈ ਸੀ, ਪਰ ਦੋਵਾਂ ਵੱਲੋਂ ਕਈ ਮੀਟਿੰਗਾਂ ਤੋਂ ਬਾਅਦ ਵੀ ਤਾਲਮੇਲ ਨਹੀਂ ਬਣ ਸਕਿਆ। ਚੰਡੀਗੜ੍ਹ ਤੋਂ ਅੰਕੁਸ਼ ਮਹਾਜਨ ਦੀ ਰਿਪੋਰਟ, ਦੈਨਿਕ ਸਵੇਰਾ TV। ਪੰਜਾਬ ਦੇ 4 ਵਿਧਾਨ ਸਭਾ ਹਲਕਿਆਂ 'ਚ ਹੋਣ ਜਾ ਰਹੀ ਜ਼ਿਮਨੀ ਚੋਣ ਦੀ ਹਰ ਅਪਡੇਟ ਜਾਣਨ ਲਈ ਦੇਖੋ ਹਰ ਸ਼ਾਮ 4 ਵਜੇ 84.4।